देख लो अज साडे जवानां दी हरकत हरी है। शेक नाला हरा बीजा सीगा ते सतंदरा ने थोड़ा दो कनाला वढ के हुण जवाब दे गए, कहिंदे सत्त तां वड्डी दा नहीं गा ते आ कड़ब दे टांडे बनाते हुण असीं वड्डी जांदे आ। जोर लाई ने असीं आख्या वी सानू तां किसे मर्जी काम च फसा दे, साडा अपना तां उही पार है। मैं कहा वढ लो कोई पशु दुध वध दे देणगे, मन हरा कुदर कर के पलक ना, नाले तां वढना औखा है ते नाले रुग लाउणे औखे आ। ਜਦੋਂ ਇਹ ਸੁਨਾਮ ਵਾਲਾ ਤੇਰੇ ਪਰੇ ਪੁਰਾਣੀਆਂ ਮਸ਼ੀਨਾਂ ਚੱਲਦੀਆਂ ਸੀ ਹਨਾ, ਹੁਣ ਤਾਂ ਰੁੱਗਾ ਹੱਥੀ ਕੁੱਤਰਦੇ ਪਏ ਹੱਥੀ, ਉਹ ਵੀ ਸਮਾਂ ਸੀਗਾ ਤੇ ਹੁਣ ਤਾਂ ਮਸ਼ੀਨਾਂ ਵੀ ਬਹੁਤ ਤਕੜੀਆਂ ਤੇ ਉਹ ਬਾਹਰਲੇ ਦੇਸ਼ਾਂ ਨੂੰ ਭੱਜਣ ਨੂੰ ਤਿਆਰ ਹੋ ਰਹੇ ਆ ਵੀ ਅਸੀਂ ਉੱਥੇ ਐਂ ਕਰਾਂਗੇ ਵੀ ਤੁਸੀਂ ਇੱਥੇ ਤਾਂ ਹਰੇ ਦੀ ਥੱਪੀ ਨਹੀਂ ਵੱਢਦੇ। ਮੈਂ ਕਿਹਾ ਮੱਝਾਂ ਵਧੀਆ ਦੁੱਧ ਦੇਣਗੀਆਂ, ਹੁਣ ਮਨ ਪੂਰਾ ਪਕਾ ਚ ਆ ਹਰਾ ਤੇ ਕਹਿੰਦਾ ਨਾ ਜੀ ਟੱਲੀ ਵਾਲਾ ਲਵਾ ਲੂੰਗਾ, ਕਹਿੰਦਾ ਟੱਲੀ ਵਾਲਾ ਲਵਾ ਲੂੰ, ਕਹਿੰਦਾ ਕਹਿੰਦਾ ਮੁੱਲ ਪਵਾੜਿਆ ਕਰੂੰਗਾ ਤੇ ਕਹਿੰਦਾ ਮੱਝਾਂ ਦੇ ਐਨਕ ਲਾ ਦੂੰਗਾ ਹਰੀਆਂ, ਕਹਿੰਦਾ ਤੂੜੀ ਨੂੰ ਸਮਝ ਹਰਾ ਸਮਝ ਕੇ ਖਾ ਲਿਆ ਕਰਨਗੀਆਂ। ਇਹੋ ਜਿਹੇ ਅੱਜ ਕੱਲ੍ਹ ਵਾਲੇ ਮਨ ਪਨੀਰੀ ਦੇ ਉਹ ਆ ਜਵਾਨੀ ਆ, ਤੁਸੀਂ ਲਾਓ ਜ਼ੋਰ ਹਨਾ ਤੇ ਵੱਡੀ ਚੱਲੋ। ਆਹ ਹੁਣ ਅਸੀਂ ਫਸੇ ਹਾਂ ਇੱਥੇ ਤੇ ਭਰਾਵਾ ਖਿੱਚੀ ਤੁਰੇ ਹੋਣੇ, ਹੁਣ ਇਹਨੂੰ ਵੱਢ ਕੇ ਅਸੀਂ ਇਹਨੂੰ ਸਾਰੇ ਨੂੰ ਮੰਡਲੀਆਂ ਬੰਨ ਕੇ ਰੱਖਾਂਗੇ ਵੀ ਇਹਨੂੰ ਨਾਲ ਤਾਂ ਕੁਛ ਤਾਂ ਚਾਰ ਲਾਂਗੇ, ਕੁਛ ਇਹਨੂੰ ਰੱਖ ਲਾਂਗੇ ਵੀ ਸਿਆਲ ਦੇ ਵਿੱਚ ਇਹਨੂੰ ਜਵੀ ਜੂ ਵਿੱਚ ਕੁਤਰ ਲਿਆ ਕਰਾਂਗੇ। ਹੈ ਕੁਛ ਆ ਹੁਣ ਦੋ ਚਾਰ ਦਿਨ ਚਾਰ ਹੀ ਚੱਲਾਂਗੇ, ਲੱਗੇ ਖੜੇ ਆ ਭਰਾਵਾ ਕਿ ਨਹੀਂ ਸੁਨਾਮੀਆਂ ਤੇ ਵੱਢਣਾ ਸਾਨੂੰ ਪਊਗਾ ਭਰਾਵਾ। ਤੁਹਾਨੂੰ ਪਤਾ ਅੱਜ ਕੱਲ੍ਹ ਵਾਲੇ ਦਾ ਫਿਰ ਬੱਸ ਹੋ ਗਈ, ਕਹਿੰਦੇ ਬਾਈ ਸਾਥੋਂ ਤਾਂ ਵੱਢੀ ਦੇ ਹੀ ਨਹੀਂ ਗਾ, ਵੱਢਣ ਨੂੰ ਤਾਂ ਸਾਂਏ ਕੀ ਹੁੰਦਾ ਕੱਦ ਕਰ ਕੀ ਭਰਾਵਾ। ਅੱਜ ਕੱਲ੍ਹ ਫੋਨ ਭਾਲਦੇ ਆ ਮਹਿੰਗੇ ਤੋਂ ਮਹਿੰਗੇ, ਫੋਨਾਂ 'ਚ ਮਾਰੀ ਜਾਂਦੇ ਆ ਠੁੰਗਾਂ ਜੀਆਂ ਤੇ ਕੰਮ ਕਰਕੇ ਕੋਈ ਰਾਜ਼ੀ ਨਹੀਂ ਗਾ, ਪਤਾ ਨਹੀਂ ਇਹਨਾਂ ਨੂੰ ਫੋਨ ਕੀ ਦੇਣਗੇ। ਹੈਂ ਤੇ ਅਸੀਂ ਤਾਂ ਬਾਹਰ ਜਾਣਾ, ਬਾਹਰ ਵੀ ਜਦੋਂ ਤੁਸੀਂ ਇੱਥੇ ਨਹੀਂ ਕਰਦੇ ਬਾਹਰ ਕੀ ਕਰੋਗੇ। ਬਾਕੀ ਅੱਜ ਕੱਲ੍ਹ ਪਤਾ ਕੀ ਚੱਕਰ ਆ, ਹਰੇਕ ਦੇ ਇਕੱਲਾ ਕਹਿ ਰਿਹਾ ਜਵਾਕ ਹੈ, ਮਾਂ ਪਿਓ ਡਰਦਾ ਵੀ ਜੇ ਅਸੀਂ ਕੁਛ ਕਹੇ ਤਾਂ ਆਉਣਾ ਕੋਈ ਕੁਛ ਕਰ ਲਏ, ਆਉਣਾ ਕੁਛ ਕਰ ਲਏ, ਇਕੱਲੇ ਇਕੱਲੇ ਹੈਗੇ ਆ ਹਰੇਕ ਦੇ। ਅਤੇ ਪਹਿਲਾਂ ਸੁਨਾਮੇ ਚਾਰ ਪੰਜ ਹੁੰਦੇ, ਕੋਈ ਫਿਕਰ ਫਾਕਾ ਨਹੀਂ ਹੁੰਦਾ ਸੀਗਾ। ਹੈਂ ਅਤੇ ਹੁਣ ਭਰਾਵਾ ਉਹ ਬੈਠੇ ਆ ਫੋਨਾਂ 'ਤੇ ਮਾਰੀ ਜਾਂਦੇ ਆ ਉਂਗਲਾਂ, ਇੱਥੇ ਜਾਣ ਇਕੱਲੀ ਫਸੀ ਖੜੀ ਹੈ। ਹੈਂ ਇਕੱਲੀ ਜਾਣ ਵੇ ਸੋਹਣਿਆ ਤੇਰੀ, ਅਤੇ ਵੱਢੀ ਆਉਣੇ ਆਪਾਂ ਕਿਉਂ ਵੀ ਖਿੱਚੀ ਚੱਲ, ਅੱਜ ਆ ਫਾਰਮ ਕਰ ਦਾਂਗੇ ਅਸੀਂ। ਅਤੇ ਮੈਂ ਤੁਹਾਨੂੰ ਰੱਖਵਾਂ ਜੇ ਤੁਸੀਂ ਨਹੀਂ ਵੱਢਣਾ ਤਾਂ ਬੀਜੋ ਹੀ ਨਾ, ਨਾ ਫਿਰ ਤੁਹਾਨੂੰ ਵੱਢਣਾ ਪੈਣਾ ਨਾ ਤੁਹਾਨੂੰ ਕੁਤਰਨਾ ਪੈਣਾ, ਇਹਨੂੰ ਬੀਜੋ ਹੀ ਨਾ ਜੇ ਤੁਸੀਂ ਵੱਢਣਾ ਹੀ ਨਹੀਂ ਹੈਗਾ। ਹੈ ਜੇ ਬੀਜਿਆ ਤਾਂ ਇਹਨੂੰ ਵੱਢੋ ਵੀ ਅਤੇ ਕੁਤਰ ਕੇ ਪਸ਼ੂਆਂ ਨੂੰ ਵੀ ਪਾਓ, ਸਾਂਭ ਸੰਭਾਲ ਕਰੋ। ਕਹਿ ਦਿੰਦਾ ਕਹਿ ਦਿੰਦਾ ਟੱਲੀ ਵਾਲਾ ਲਵਾਵਾਂਗੇ, ਟੱਲੀ ਵਾਲਾ ਲਵਾਵਾਂਗੇ ਵੀ ਟੱਲੀ ਵਾਲਾ ਵੀ ਕਿਤੋਂ ਤਾਂ ਦੁੱਧ ਲਿਆਊਗਾ ਕਿਸੇ, ਕੋਈ ਉਹਨਾਂ ਨੂੰ ਮੱਝਾਂ ਨੂੰ ਉਹਨਾਂ ਨੂੰ ਸਾਂਭੂਗਾ ਹਰਾ ਪਾਊਗਾ, ਬਾਕੀ ਕੀ ਪਤਾ ਹੈ ਨਾ। ਜੇ ਤੁਸੀਂ ਆਪ ਹੀ ਸਾਂਭ ਲਓ ਆਪ ਹੀ ਰੱਖ ਲਓ, ਹੁਣ ਇਹੀ ਤਾਂ ਹਾਲ ਹੋਈ ਜਾਂਦਾ ਵਿੱਚ ਭਰਾ ਰੱਖਦੇ ਆ ਪਸ਼ੂ, ਨਹੀਂ ਵਿੱਚ ਤਾਂ ਸਭ ਪਸ਼ੂ ਵੇਚ ਹੀ ਜਾਂਦੇ ਆ, ਪਤਾ ਨਹੀਂ ਭਰਾਵਾ ਕਿਵੇਂ ਦੁੱਧਾਂ ਨਾਲ ਸਰਦਾ। ਜੇ ਦੁੱਧ ਲੱਸੀ ਬਣਾਉਣੀ ਆ ਤਾਂ ਤੁਹਾਨੂੰ ਪਤਾ ਜਾਨ ਬਹੁਤ ਔਖੀ ਕਰਨੀ ਪੈਂਦੀ ਆ, ਫਿਰ ਜਾ ਕੇ ਦੁੱਧ ਲੱਸੀ ਬਣਦਾ, ਐਂ ਤਾਂ ਹੈ ਨਹੀਂ ਵੀ ਐਂ ਹੀ ਬਣ ਜਾਂਦਾ ਹੈ ਨਾ। ਸੌ ਕੁਛ ਪਸ਼ੂਆਂ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ, ਪਤੰਦਰ ਜਮਾਂ ਹੱਥ ਹੀ ਨਹੀਂ ਲਾਉਂਦੇ ਨਾ ਪਸ਼ੂ ਨਵਾਉਣਾ ਨਾ ਕਰਨਾ ਨਾ ਕੋਈ ਫੌੜਾ ਮਾਰਨਾ ਅਤੇ ਨਾ ਕੋਈ ਹਰਾ ਵੱਢਣਾ ਪੱਠੇ ਯਾਰ। ਬਸ ਅੰਤ ਆ ਗਿਆ ਯਾਰ, ਬਸ ਮਨ ਕੁਛ ਕਹਿ ਹੀ ਨਹੀਂ ਸਕਦੇ। ਵਿੱਚ ਬਹੁਤ ਕੰਮ ਵੀ ਕਰਦੇ ਆ, ਸਾਂਭਦੇ ਵੀ ਆ ਵਧੀਆ ਉਹ ਕਰਦੇ ਆ, ਪਰ ਵਿੱਚ ਤਾਂ ਭਰਾਵਾ ਆ ਫੋਨਾਂ 'ਤੇ ਹੀ ਠੁੰਗਾਂ ਜੀਆਂ ਮਾਰੀ ਜਾਂਦੇ ਆ ਸਾਰਾ ਦਿਨ ਸਾਰਾ। ਅਤੇ ਇੱਕ ਭਰਾਵਾ ਆ ਜਿਹੜੀਆਂ ਰੋਜ਼ ਛੁੱਟੀਆਂ ਹੋ ਜਾਂਦੀਆਂ ਨੇ, ਇਹਨਾਂ ਨੇ ਜਮੇ ਮੱਤ ਮਾਰਤੀ, ਕਦੇ ਤਾਂ ਮੀਹਾਂ ਦੀਆਂ ਛੁੱਟੀਆਂ ਹੋ ਗਈਆਂ, ਕਦੇ ਕਿਹੜੀ ਕਿਵੇਂ ਹੋ ਗਈਆਂ, ਕਦੇ ਆ ਹੜਾਂ ਦੀਆਂ ਹੋ ਗਈਆਂ। ਮੈਂ ਕਹਿੰਦਾ ਜੇ ਛੁੱਟੀਆਂ ਵੀ ਇਹਨਾਂ ਨੂੰ ਘੱਟ ਕਰਨੀਆਂ ਚਾਹੀਦੀਆਂ ਨੇ, ਇਹਨਾਂ ਦੇ ਆਪਣੇ ਤਾਂ ਰਾਤਾਂ ਨੂੰ ਵੀ ਸਕੂਲ ਲੱਗਣੇ ਚਾਹੀਦੇ, ਸ਼ੇਕਰ ਨੂੰ ਪੜ੍ਹਾਈ ਤਾਂ ਕਰ ਲੈਣਾ, ਆਪਦੇ ਕੰਮ ਤਾਂ ਲੱਗੇ ਰਹਿਣਾ ਕਿੱਥੇ। ਹੁਣ ਉਹ ਵਿਹਲੇ ਬੈਠੇ ਆ, ਪਹਿਲਾਂ ਛੁੱਟੀਆਂ ਸੀ ਆ ਹੁਣ ਫਿਰ ਛੁੱਟੀਆਂ ਨੇ, ਅਤੇ ਆਖੇ ਭਰਾਵਾ ਕੋਈ ਲੱਗਦਾ ਨਹੀਂ, ਜੇ ਕੁਛ ਕਹਿਣੇ ਆ ਤਾਂ ਫਿਰ ਡਰ ਲੱਗਦਾ ਹੈ ਨਾ, ਫਿਰ ਐਂ ਹੁੰਦਾ ਆਪਦੀ ਜਾਨ ਔਖੀ ਕਰ ਲੈਂਦੇ ਹਾਂ ਯਾਰ ਵੀ ਕੀ ਹੁੰਦਾ ਦੇਖੀਏ, ਉਹ ਵੱਡੀ ਚੱਲਾਂਗੇ ਹੌਲੀ ਹੌਲੀ। ਪੁਰਾਣੇ ਬੁੜੇ ਕਣਕਾਂ ਵੱਢਦੇ ਹੁੰਦੇ, ਛੋਲੇ ਵੱਢਦੇ ਹੁੰਦੇ, ਗਮਾਰੇ ਵੱਢਦੇ ਹੁੰਦੇ ਸੀਗੇ, ਉਹਨਾਂ ਨੇ ਦੇਹਾਂ ਸਾਂਭੀਆਂ ਸੀਗੀਆਂ, ਖੁਰਾਕਾਂ ਖਾਧੀਆਂ ਸੀਗੀਆਂ ਹੈ ਨਾ। ਅਤੇ ਹੁਣ ਵਾਲੇ ਬਸ ਆ ਬੀਜੇ ਬਰਗਰਾਂ 'ਤੇ ਹੋ ਰਹੇ ਆ ਜਾਂ ਫੋਨਾਂ 'ਤੇ ਹੋ ਰਹੇ ਆ, ਨਾ ਦੇਸੀ ਖੇਡਾਂ ਰਹੀਆਂ ਨੇ ਅਤੇ ਨਾ ਦੇਸੀ ਖੁਰਾਕਾਂ ਰਹੀਆਂ ਨੇ। ਬਸ ਆਪ ਆਓ ਭਰਾਵੋ, ਕਿਸੇ ਦਾ ਬਾਕੀ ਕਸੂਰ ਕੋਈ ਨਹੀਂ ਗਾ, ਕਿਉਂਕਿ ਸਮਾਂ ਬਦਲ ਗਿਆ, ਯੁੱਗ ਬਦਲ ਗਿਆ ਹੈ ਨਾ। ਪਹਿਲਾਂ ਸਮਾਂ ਹੋਰ ਹੁੰਦਾ ਸੀਗਾ, ਹੁਣ ਹੋਰ ਹੈ, ਹੁਣ ਹੱਥੀ ਕਰਕੇ ਕੋਈ ਰਾਜ਼ੀ ਨਹੀਂ ਹੈਗਾ। ਅਗਲਾ ਕਹਿੰਦਾ ਮਸ਼ੀਨੀ ਕੰਮ ਭਾਲਦੇ ਸਾਰੇ ਵੀ।